ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਤੇ ਕੁਕਿੰਗ ਵਿਦ ਜਸਪ੍ਰੀਤ ਅੱਜ ਆਪਾਂ ਬਣਾਵਾਂਗੇ ਜੀ मूंगफਲੀ ਦੀ ਗੁੜ ਵਾਲੀ ਗੱਜਕ ਕਿਉਂਕਿ ਬਹੁਤ ਠੰਡ ਪੈ ਰਹੀ ਹੈ ਤੇ ਅੱਗੇ ਆਪਣਾ ਲੋਹੜੀ ਦਾ ਤਿਹਾਰ ਆ ਰਿਹਾ ਤੁਸੀਂ ਵੀ ਆਪਣੇ ਘਰੇ ਬਣਾ ਕੇ ਇਹ ਗੁੜ ਵਾਲੀ ਗੱਜਕ ਤਿਆਰ ਕਰਿਓ ਬਹੁਤ ਹੀ ਆਸਾਨ ਜੀ ਰੈਸਪੀ ਹੈ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਜ਼ਿਆਦਾ ਐਫਰਟ ਨਹੀਂ ਹੈਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਸਭ ਤੋਂ ਪਹਿਲਾਂ ਮਿਲ ਜਵੇ ਇਹ ਦੇਖੋ ਕਿੰਨੇ ਵਧੀਆ ਪੀਸ ਆਪਣੇ ਗੁੱਚਕ ਦੇ ਬਣ ਕੇ ਤਿਆਰ ਹੋਏ ਆ ਬਹੁਤ ਹੀ ਆਸਾਨ ਜੀ ਰੈਸਪੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਧਾ ਕਿਲੋ ਲੈ ਲਈ ਜੀ ਆਪਾਂ ਨੇ ਮੂੰਗਫਲੀ ਕੱਚੀ ਮੂੰਗਫਲੀ ਐ ਜੇਕਰ ਤੁਹਾਡੇ ਕੋਲ ਨਾਰਮਲ ਮੂੰਗਫਲੀ ਜਿਹੜੀ ਆਪਾਂ ਖਾਂਦੇ ਆ ਨਾ ਉਹਦੇ ਤੁਸੀਂ ਦਾਣੇ ਕੱਢ ਲਓ ਤੇ ਅੱਧਾ ਕਿਲੋ ਹੀ ਆਪਾਂ ਨੇ ਲੈ ਲਿਆ ਗੁੜ ਅੱਧਾ ਚਮਚ ਲੈ ਲਿਆ ਜੀ ਸੌਫ ਇਹਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਊਗਾ ਗੱਜਕ ਦਾ ਤੇ ਇੱਧਰ ਆਪਾਂ ਨੇ ਟ੍ਰੇ ਤਿਆਰ ਕਰਕੇ ਰੱਖ ਲਈ ਜੇਕਰ ਤੁਹਾਡੇ ਕੋਲੇ ਬਟਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਘਿਓ ਲਾ ਲਓ ਉਹਦੇ ਨਾਲ ਵੀ ਕੰਮ ਚੱਲ ਜਾਂਦਾ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਭੁੰਨਾਂਗੇ ਜੀ ਮੂੰਗਫਲੀ ਨੂੰ ਕਿਉਂਕਿ ਇਹ ਕੱਚੀ ਹੈ ਇਹਦੇ ਕਰਕੇ ਆਪਾਂ ਨੂੰ ਭੁੰਨਣੀ ਪੈਣੀ ਹੈ ਜੇਕਰ ਤੁਸੀਂ ਜਿਹੜੀ ਆਪਣਾ ਛਿਲਕੇ ਵਾਲੀ ਹੁੰਦੀ ਹੈ ਉਹਨੂੰ ਲੰਦਿਆ ਤਾਂ ਉਹਨੂੰ ਭੁੰਨਣ ਦੀ ਲੋੜ ਨਹੀਂ ਕਿਉਂਕਿ ਆਲਰੇਡੀ ਭੁਣੀ ਹੋਈ ਹੁੰਦੀ ਹੈ ਮੂੰਗਫਲੀ ਨਾ ਆਪਣੀ ਭੁੰਨ ਚੁੱਕੀ ਆ ਛਿਲਕਾ ਹੈ ਨਾ ਆਸਾਨੀ ਨਾਲ ਉਤਰ ਰਿਹਾ ਇਹਦਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲਾਂਗੇ ਤੇ ਕਿਸੇ ਕੱਪੜੇ ਦੇ ਉੱਪਰ ਪਾ ਕੇ ਨਾ ਇਹਨੂੰ ਇਹਦਾ ਸਾਰਾ ਛਿਲਕਾ ਉਤਾਰ ਲਾਂਗੇ ਮੂੰਗਫਲੀ ਆਪਾਂ ਨੇ ਕਰ ਲਈ ਜੀ ਤਿਆਰ ਹੁਣ ਆਪਾਂ ਰੱਖ ਲਿਆ ਪੈਨ ਉਹੀ ਪੈਨ ਦੇ ਵਿੱਚ ਨਾ ਆਪਾਂ ਨੇ ਗੁਪਾ ਲੈਣਾ ਗੁੜ ਤੁਸੀਂ ਕਦੁਕਸ਼ ਕਰਕੇ ਪਾ ਲਿਓ ਛੇਤੀ ਹੋ ਜਾਂਦਾ ਜਾਂ ਤੁਸੀਂ ਬਿਲਕੁਲ ਤੋੜ ਕੇ ਗੁੜ ਲੈਣਾ ਜਿੰਨੀ ਆਪਾਂ ਨੇ ਮੂੰਗਫਲੀ ਲਈ ਸੀਗੀ ਓਨਾ ਹੀ ਆਪਾਂ ਨੇ ਗੁੜ ਲਿਆ ਤੇ ਹੁਣ ਇਹਦੇ ਵਿੱਚ ਨਾ ਆਪਾਂ ਇੱਕ ਜਾਂ ਅੱਧਾ ਚਮਚ ਦੇਸੀ ਘਿਓ ਦਾ ਪਾਵਾਂਗੇ ਤੇ ਹੁਣ ਗੁੜ ਨੂੰ ਨਾ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਇਹ ਪਾ ਕੇ ਨੂੰ ਪਾਣੀ ਨਹੀਂ ਬਿਲਕੁਲ ਵੀ ਪਾਣਾ ਹੈਗਾ ਗੱਟਕ ਬਣਾਣੀ ਬਹੁਤ ਹੀ ਆਸਾਨ ਹੈ ਘਰ ਦੇ ਵਿੱਚ ਦੋ ਚੀਜ਼ਾਂ ਤੋਂ ਬਣ ਕੇ ਫਟਾਫਟ ਤਿਆਰ ਹੋ ਜਾਂਦੀ ਹੈ ਜੇ ਆਪਾਂ ਬਾਜ਼ਾਰਾਂ ਤੋਂ ਵੀ ਲੈਂਦੇ ਆ ਨਾ ਕੋਈ ਉਹਦੀ ਉਹ ਨਹੀਂ ਹੁੰਦੀ ਪਿਓਰਿਟੀ ਕਿਵੇਂ ਕਿਵੇਂ ਦੀ ਵੀਡੀਓਜ਼ ਆਉਂਦੀਆਂ ਇਸ ਕਰਕੇ ਆਪਣੇ ਘਰੇ ਬਣਾਓ ਸ਼ੁੱਧ ਚੀਜ਼ ਬਣਾਓ ਤੇ ਖਾਓ ਇਹ ਦੇਖੋ ਜੀ ਆਪਾਂ ਨੇ ਚੰਗੀ ਤਰ੍ਹਾਂ ਗੁੜ ਨੂੰ ਮੈਲਟ ਕਰ ਲੈਣਾ ਜਿਆਦਾ ਨਾ ਫੁੱਲ ਆਪਾਂ ਨੇ ਇਹਦੇ ਥਲੇ ਆਂਚ ਨਹੀਂ ਕਰਨੀ ਹੈਗੀ ਸੀਮਾ ਅੱਜ ਤੇ ਇਹਨੂੰ ਪਕਾਵਾਂਗੇ ਗੁੜ ਦੇਖੋ ਜੀ ਪਿੰਗਲ ਚੁੱਕਿਆ ਤੇ ਹੁਣ ਆਪਾਂ ਨੇ ਨਾ ਇਹਨੂੰ ਪਕਾ ਲੈਣਾ ਹੈ ਤੇ ਇਹਨੂੰ ਆਪਣਾ ਜੋ ਚੈੱਕ ਕਰਨ ਦਾ ਤਰੀਕਾ ਉਹ ਹੀ ਪਾਣੀ ਆਪਣਾ ਕੌਲੀ ਦੇ ਵਿੱਚ ਪਾ ਲਓ ਜਦੋਂ ਤੱਕ ਗੁਣ ਆਪਣਾ ਨਾ ਐਨ ਕਰੰਚੀ ਹੋ ਜਾਂਦਾ ਹੈ ਉਦੋਂ ਨਾ ਪਾਣੀ ਦੇ ਵਿੱਚ ਪਾਉਣ ਨਾਲ ਇੱਕਦਮ ਤੋਂ ਟੁੱਟ ਜਾਂਦਾ ਹੈ ਗੁੜ ਗੱჭਾ ਦਾ ਜ਼ਰੂਰ ਇੱਕ ਵਾਰੀ ਤੁਸੀਂ ਆਪਣੇ ਘਰੇ ਬਣਾਇਓ ਟਰਾਈ ਕਰੋ ਬਹੁਤ ਆਸਾਨੀ ਨਾਲ ਹਰੇਕ ਤੋਂ ਬਣ ਜਾਣੀ ਹੈ ਕੋਈ ਔਖੀ ਚੀਜ਼ ਨਹੀਂ ਹੈਗੀ ਹੋ ਸਕੇ ਤਾਂ ਤੁਸੀਂ ਇਹਨੂੰ ਨਾਨ ਸਟਿੱਕੀ ਪੈਨ ਦੇ ਵਿੱਚ ਹੀ ਬਣਾਇਓ ਇਹਦੇ ਵਿੱਚ ਨਾ ਤਾਂ ਜਲਣ ਦਾ ਡਰ ਰਹਿੰਦਾ ਹੈ ਇਹ ਲੋ ਜੀ ਆਪਾਂ ਨੇ ਲੈ ਲਿਆ ਪਾਣੀ ਤੇ ਹੁਣ ਇਸ ਤਰ੍ਹਾਂ ਕਰਕੇ ਨਾ ਆਪਾਂ ਨੇ ਗੁੜੇ ਦੇ ਵਿੱਚ ਪਾ ਲਿਆ ਥੋੜਾ ਜਿਹਾ ਕੋਲੀ ਦੇ ਵਿੱਚ ਇਹ ਦੇਖੋ ਜਿਹੜੀ ਪਤਲੀ ਪਤਲੀ ਜੀਆਂ ਆਪਣੀਆਂ ਤਾਰਾਂ ਜੀਆਂ ਸੀਗੀਆਂ ਇਹ ਕੜਕ ਕਰਕੇ ਟੁੱਟ ਰੀਆਂ ਗੁੜਾ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ ਇੱਕ ਅੱਧਾ ਮਿੰਟ ਆਪਾਂ ਬਸ ਇਹਨੂੰ ਹੋਰ ਪਕਾ ਲਾਂਗੇ ਇੰਨੀ ਜਾਨਾ ਖੁਸ਼ਬੂ ਆ ਰਹੀ ਹੈ ਨਾ ਇਹਦੇ ਵਿੱਚ ਤੋਂ ਗੁੜ ਦੇ ਵਿੱਚੋਂ ਜਿਵੇਂ ਗਰਮ-ਗਰਮ ਖਲਾੜੀਆਂ ਤੇ ਗੁੜ ਪੱਕਦਾ ਨਾ ਉਹ ਬਿਲਕੁਲ ਉਹੀ ਖੁਸ਼ਬੂ ਹੈ ਅੱਧਾ ਚਮਚ ਹੋਰ ਪਾ ਲਿਆ ਜੀ ਕਿਉਂ ਕਿਉਂ ਪਾਣ ਨਾਲ ਨਾ ਜਿਹੜੀ ਆਪਣੀ ਗੱਟਕ ਬਣੂਗੀ ਉਹਦੇ ਵਿੱਚ ਥੋੜੀ ਜਿਹੀ ਸ਼ਾਈਨ ਪੈਦਾ ਹੋ ਜਾਂਦੀ ਹੈ ਗੁੜ ਬਿਲਕੁਲ ਆਪਣਾ ਪੱਕ ਚੁੱਕਿਆ ਜੀ ਹੁਣ ਆਪਾਂ ਨੇ ਪਾਤਾ ਮੂੰਗਫਲੀ ਮੂੰਗਫਲੀ ਦੇ ਨਾਲ ਵੀ ਆਪਾਂ ਨੂੰ ਨਾ ਇਹ ਭੁੰਨਣਾ ਹੈ ਗੁੜ ਦੇ ਨਾਲ ਹੀ ਜਦੋਂ ਤੱਕ ਨਾ ਇਹ ਮੂੰਗਫਲੀ ਗੁੜ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਉਹਦੇ ਨਾਲ ਇਹ ਪੱਕ ਵੀ ਜਾਊਗੀ ਹੋਰ ਥੋੜੀ ਜੀ ਤੇ ਟੇਸਟ ਵੀ ਇਹਦਾ ਵਧੀਆ ਹੋ ਜਾਂਦਾ ਹੈ ਚੰਗੀ ਤਰ੍ਹਾਂ ਮੂੰਗਫਲੀ ਨੂੰ ਕਰ ਲੈਂਦੇ ਆ ਗੁੜ ਨਾਲ ਮਿਕਸ ਜਿਹੜੀ ਥੋੜੀ ਬਹੁਤ ਆਪਣਾ ਗੁੜ ਦੇ ਵਿੱਚ ਜਾਂ ਮੂੰਗਫਲੀ ਦੇ ਵਿੱਚ ਕਸਰ ਹੁੰਦੀ ਹੈ ਉਹ ਦੋਨੇ ਕੰਪਲੀਟ ਹੋ ਜਾਣੀ ਹੈ ਤੇ ਇਹਦੇ ਨਾਲ ਆਪਣੀ ਵਧੀਆ ਟਿੱਕੀ ਬਣ ਕੇ ਤਿਆਰ ਹੋਊਗੀ ਇਹ ਦੇਖੋ ਜੀ ਚੰਗੀ ਤਰ੍ਹਾਂ ਨਾ ਮੂੰਗਫਲੀ ਕੋਟ ਹੋ ਚੁੱਕੀ ਹੈ ਗੁਰਦੇ ਨਾਲ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਪੈਨ ਦੇ ਵਿੱਚ ਇਹ ਆਪਣੀ ਗੱਜਰ ਦੀ ਜਿਹੜੀ ਹੋ ਸੀਗੀ ਬੇਸ ਆਪਣਾ ਤਿਆਰ ਹੋ ਚੁੱਕਿਆ ਹੈ ਗੱਜਰ ਦਾ ਹੁਣ ਆਪਾਂ ਇਹਨੂੰ ਪਾਵਾਂਗੇ ਟ੍ਰੇ ਦੇ ਵਿੱਚ ਸੈੱਟ ਕਰਨ ਲਈ ਤੁਸੀਂ ਕਿਸੇ ਪਲੇਟ 'ਚ ਪਾ ਲਓ ਜਾਂ ਕਿਸੇ ਥਾਲ 'ਚ ਪਾ ਲਓ ਥੋੜਾ ਜਿਹਾ ਘਿਓ ਲਾ ਕੇ ਇਦੇ ਵਿੱਚ ਪਤਾ ਜੀ ਆਪਾਂ ਨੇ ਗੱਟਕ ਦਾ ਬੇਸ ਤੇ ਹੁਣ ਇਹਨਾਂ ਚੰਗੀ ਤਰ੍ਹਾਂ ਆਪਾਂ ਫੈਲਾ ਲਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਦੇਖਣੀਆਂ ਚੰਗੀਆਂ ਲੱਗਦੀਆਂ ਰੈਸਪੀ ਦੀ ਤਾਂ ਪਲੀਜ਼ ਤੁਸੀਂ ਨਾ ਇੱਕ ਲਾਈਕ ਜ਼ਰੂਰ ਦਿਆ ਕਰੋ ਤੇ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਤੱਕ ਵੀ ਵੀਡੀਓਜ਼ ਪਹੁੰਚ ਸਕਣ ਮੈਨੂੰ ਵੀ ਬਹੁਤ ਚੰਗਾ ਲੱਗਦਾ ਜੇਕਰ ਤੁਸੀਂ ਕੋਈ ਕਮੈਂਟ ਕਰਦੇ ਆ ਤਾਂ ਇੱਕ ਲਾਈਕ ਇੱਕ ਸ਼ੇਅਰ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਸੇ ਵੀ ਕਟੋਰੀ ਨਾਲ ਤੁਸੀਂ ਇਹਨੂੰ ਸੈੱਟ ਕਰ ਲਓ ਚੰਗੀ ਤਰ੍ਹਾਂ ਆਪਾਂ ਇਹਨਾਂ ਫੈਲਾ ਦੇਣੀ ਹੈ ਤਾਂ ਕਿ ਆਪਣੀ ਗੱਠਕਾ ਜਿਹੜੀ ਮੋਟੀ ਨਾ ਰਹੇ ਹੁਣ ਆਪਾਂ ਇਹਨੂੰ 2-3 ਘੰਟੇ ਨਾ ਜੰਮਣ ਲਈ ਰੱਖ ਦਿੰਦੇ ਆ ਠੰਡ ਹੈ ਹੁਣ ਤਾਂ ਬਹੁਤ ਜਲਦੀ ਜੰਮ ਕੇ ਤਿਆਰ ਹੋ ਜਾਂਦੀ ਹੈ ਤੇੰ ਪਹਿਲਾਂ ਨਾ ਆਪਾਂ ਜਦੋਂ ਆਪਾਂ ਨੇ ਪਾਈ ਏ ਇਹਦੇ ਵਿੱਚ ਟ੍ਰੇ ਦੇ ਵਿੱਚ ਉਦੋਂ ਹੀ ਆਪਾਂ ਇਹਦੇ ਚਾਕੂ ਨਾਲ ਨਾ ਨਿਸ਼ਾਨ ਲਾ ਦਾਂਗੇ ਤਾਂ ਕਿ ਜਦੋਂ ਇਹ ਪੂਰੀ ਤਰ੍ਹਾਂ ਜੰਮ ਜੂਗੀ ਨਾ ਫਿਰ ਆਪਾਂ ਨੂੰ ਤੋੜਨ ਦੇ ਵਿੱਚ ਆਸਾਨੀ ਰਹੂਗੀ ਫਿਰ ਵਧੀਆ ਪੀਸ ਬਣ ਕੇ ਤਿਆਰ ਹੋ ਜਾਣਗੇ ਕਿਉਂਕਿ ਜੇਕਰ ਇੱਕ ਵਾਰੀ ਜੰਮ ਗਈ ਨਾ ਫਿਰ ਇਹਦੇ ਪੀਸ ਨਹੀਂ ਕੱਟਣੇ ਹੈਗੇ ਫਿਰ ਆਪਾਂ ਨੂੰ ਐਵੇਂ ਹੀ ਤੋੜਨੇ ਪੈਣੀਆਂ ਹੈ ਦੇਖੋ ਜੀ ਗੁੜ ਵਾਲੀ ਗੱਚਕ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਇੰਨੀ ਜਿਆਦਾ ਟੇਸਟੀ ਬਣੀ ਸੀਗੀ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਤੇ ਬਿਲਕੁਲ ਦੇਖੋ ਪੀਸ ਵੀ ਕਿੰਨੇ ਵਧੀਆ ਲੱਗ ਰਹੇ ਆ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ